ਅਮਰੀਕਾ ਦੇ ਐਜੂਕੇਸ਼ਨ ਸਿਸਟਮ ਦੇ ਭਾਰ ਕਰਕੇ ਕਾਫੀ ਬੰਦੇ ਮੈਂਟਲੀ ਡਿਸਟਰਬ ਹੋ ਰਹੇ ਆ ਕਾਫੀ ਇਹਨਾਂ ਨੂੰ ਭਾਰ ਲੱਗਦਾ ਹੈਗਾ ਤੇ ਕਿਸ ਤਰ੍ਹਾਂ ਦਾ ਭਾਰ ਆ ਇਹ ਹਾਂਜੀ ਡਾਕਟਰ ਸਾਹਿਬ ਇੱਕ ਬੜੀ ਅਜੀਬੋ ਗਰੀਬ ਜੀ ਸਟਡੀ ਨਿਕਲ ਕੇ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਅਮਰੀਕਾ ਦੇ ਐਜੂਕੇਸ਼ਨ ਸਿਸਟਮ ਦੇ ਉੱਤੇ ਫਿੰਗਰ ਪੁਆਇੰਟ ਕਰ ਦਿੱਤੀ ਗਈ ਹੈ ਅਮਰੀਕਾ ਦੀ ਵੋਕ ਐਜੂਕੇਸ਼ਨ ਪਿੱਛੇ ਦੀ ਬੜੀ ਚਰਚਾ ਦੇ ਵਿੱਚ ਰਹੀ ਹੈ ਖਾਸ ਤੌਰ ਤੇ 2023 ਦੇ ਵਿੱਚ ਹੁਣ ਇਸੇ ਵੋਕ এডੂਕੇਸ਼ਨ ਦੇ ਬਾਰੇ ਤੇ ਓਵਰਆਲ এডੂਕੇਸ਼ਨ ਸਿਸਟਮ ਦੇ ਬਾਰੇ ਇੱਕ ਰਿਪੋਰਟ ਆਈ ਆ ਕਿ ਅਮਰੀਕਾ ਦੇ ਵਿੱਚ ਮੈਂਟਲ ਹੈਲਥ ਕ੍ਰਾਈਸਿਸ ਨੂੰ ਫਿਊਲ ਅਪ ਕਰ ਰਹੀ ਹੈ ਇੱਥੋਂ ਦੀ এডੂਕੇਸ਼ਨ ਵੋਕ এডੂਕੇਸ਼ਨ এজেন্ডੇ ਤੋਂ ਬਾਅਦ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਲਗਾਤਾਰ ਵੱਧ ਰਹੀਆਂ ਜਿਵੇਂ ਕਿ ਐਂਜ਼ਾਇਟੀ ਤੇ ਡਿਪਰੈਸ਼ਨ ਇਹ ਐਨਾਲਿਸਿਸ ਕਿਸੇ ਦਾ ਮਨ ਘੜਤ ਨਹੀਂ ਹੈ ਬਲਕਿ ਬਕਾਇਦਾ ਇੱਕ ਪੋਲ ਕਰਵਾਇਆ ਗਿਆ ਗੱਲ ਪੋਲ ਉਹਦੇ ਵਿੱਚ ਹੀ ਸਾਰਾ ਕੁਝ ਪਤਾ ਲੱਗਿਆ ਇਸ ਪੋਲ ਦੇ ਵਿੱਚ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚੋਂ ਹੈਪੀਨੈਸ ਜਿਹੜੀ ਰੈਪਿਡਲੀ ਘਟ ਰਹੀ ਆ ਗਾਇਬ ਹੋ ਰਹੀ ਹੈ ਯੂਐਸ ਇਸ ਵੇਲੇ ਮੈਂਟਲ ਹੈਲਥ ਕ੍ਰਾਈਸਿਸ ਫੇਸ ਕਰ ਰਿਹਾ ਹੈ ਇਸ ਟ੍ਰੈਂਡ ਦੇ ਵਿੱਚ ਬ੍ਰਾਡ ਸਬ ਚਿਲड्रन ਟੀਨਸ ਅਡਲਟ ਤੇ ਯੰਗ ਅਡਲਟ ਸਾਰੇ ਹੀ ਸ਼ਾਮਲ ਹੈਗੇ ਆ ਇਹ ਵੀ ਪਤਾ ਲੱਗਿਆ ਡੈਮੋਗ੍ਰਾਫਿਕਸ ਤੋਂ ਕਿ ਜਿਹੜਾ ਟਰੈਡੀਸ਼ਨਲ ਸਿਸਟਮ ਸੀ ਐਜੂਕੇਸ਼ਨ ਦਾ ਉਹਦੇ ਵਿੱਚ ਜਿਹੜੇ ਸਟੂਡੈਂਟਸ ਸੀਗੇ ਉਹ ਕੇਅਰਫਰੀ ਲਾਈਵਜ਼ ਜਿਉਂਦੇ ਸੀਗੇ ਤੇ ਉਹ ਬੜੇ ਪੋਜ਼ਿਟਿਵ ਰਹਿੰਦੇ ਸੀਗੇ ਪਰ ਹੁਣ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਨੈਗੇਟਿਵਿਟੀ ਆ ਚੁੱਕੀ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ 10 ਤੋਂ 14 ਸਾਲ ਦੇ ਬੱਚੇ ਤੇ 20 ਤੋਂ 34 ਸਾਲ ਦੇ ਜਿਹੜੇ ਐਡਲਟਸ ਆ ਉਹਨਾਂ ਦੀ ਡੈਥ ਹੁੰਦੀ ਹੈ ਜੇ ਕਿਉਂਕਿ ਇਹ ਅਨਿਆਈ ਡੈਥਸ ਹੁੰਦੀਆਂ ਪਹਿਲਾ ਕਾਰਨ ਤਾਂ ਇਹ ਹੁੰਦਾ ਕਿ ਉਹਨਾਂ ਨੂੰ ਕੋਈ ਬਿਮਾਰੀ ਲੱਗੀ ਜਾਂ ਕੋਈ ਨੈਚੁਰਲ ਤਰੀਕੇ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਪਰ ਜਿਹੜਾ ਸੈਕੰਡਰੀ ਰੀਜ਼ਨ ਆ ਉਹ ਸੈਕੰਡਰੀ ਰੀਜ਼ਨ ਇਨਾਂ ਡੈਥਾਂ ਦੇ ਪਿੱਛੇ ਹੈਗਾ ਸੁਸਾਈਸਾਈਡ ਸੋ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੈਂਟਲ ਹੈਲਥ ਜਿਹੜੀ ਅ ਅਮਰੀਕਾ ਦੇ ਵਿੱਚ ਯੂਐਸ ਦੇ ਵਿੱਚ ਕਿੰਨੀ ਜ਼ਿਆਦੀ ਭਿਆਨਕ ਸਟੇਜ ਦੇ ਵਿੱਚ ਐਂਟਰ ਕਰ ਚੁੱਕੀ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਜਿਹੜੇ ਯੰਗ ਐਡਲਟਸ ਆ ਜਿਨ੍ਹਾਂ ਦੀ ਏਜ 30 ਸਾਲ ਤੋਂ ਹੇਠਾਂ ਆ ਉਹਨਾਂ ਦੇ ਵਿੱਚੋਂ 55% ਲੋਕ ਉਹ ਜਿਹੜੇ ਆ ਜਿਹੜੇ ਐਂਜ਼ਾਇਟੀ ਤੋਂ ਸਫਰ ਆ ਤੇ ਉਹਨਾਂ ਦੇ ਵਿੱਚ 47% ਡਿਪਰੈਸਡ ਦਾ ਜਿਹੜੇ ਇਹ ਮੰਨਦੇ ਆ ਕਿ ਅਸੀਂ ਹੋਪਲੈਸ ਆ ਸਾਡੇ ਕੋਲੇ ਜ਼ਿੰਦਗੀ ਜਿਉਣ ਦੀ ਕੋਈ ਵੀ ਹੋਪ ਨਹੀਂ ਹੈਗੀ ਇੱਕ ਪ੍ਰੋਫੈਸਰ ਨੇ ਇਸ ਰਿਪੋਰਟ ਨੂੰ ਪੜ੍ਹਦੇ ਆ ਇਹ ਕਿਹਾ ਕਿ ਮੈਂ ਇਸ ਰਿਪੋਰਟ ਨੂੰ ਪੜ੍ਹ ਕੇ ਜਰਾ ਵੀ ਸਰਪ੍ਰਾਈਜ਼ ਨਹੀਂ ਹੋਇਆ ਮੈਨੂੰ ਪਤਾ ਸੀ ਕਿ ਲੰਮੇ ਸਮੇਂ ਤੋਂ ਜਿਸ ਤਰੀਕੇ ਨਾਲ ਸਾਡੀ ਐਜੂਕੇਸ਼ਨ ਦੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ ਕਿ ਇਹ ਤਾਂ ਹੋਣਾ ਹੀ ਹੋਣਾ ਹੈ ਉਹਨਾਂ ਨੇ ਕਿਹਾ ਕਿ ਇਹ ਸਾਰੇ ਕਾਸੇ ਦੇ ਪਿੱਛੇ ਡਿਪਰੈਸ਼ਨ ਐਂਜ਼ਾਇਟੀ ਦੇ ਪਿੱਛੇ ਹੈਲਥ ਕ੍ਰਾਈਸਿਸ ਦੇ ਪਿੱਛੇ ਵੱਡਾ ਕਰਨੇ ਆ ਯਾ ਡਿਕਲਾਈਨ ਆਫ ਟਰੈਡੀਸ਼ਨਲ ਵੈਲਿਊਜ਼ ਕਿਉਂਕਿ ਵੋਕਿਜ਼ਮ ਬਹੁਤ ਜ਼ਿਆਦਾ ਵੱਧ ਰਿਹਾ ਹੈ ਹਰੇਕ ਚੀਜ਼ ਦੇ ਪਿੱਛੇ ਵਨੈਸ ਲੈ ਕੇ ਆਈ ਜਾ ਰਹੀ ਹੈ ਇਥੋਂ ਤੱਕ ਕਿ ਹੁਣ ਬੱਚਿਆਂ ਨੂੰ ਇਹ ਵੀ ਕਹਿ ਦਿੱਤਾ ਗਿਆ WhatsApp ਪਿਛਲੇ ਸਾਲ ਜਿਹੜੀ ਗੱਲ ਬਹੁਤ ਚਰਚਾ ਦੇ ਵਿੱਚ ਰਹੀ ਹੈ ਇਹ ਤੁਹਾਨੂੰ ਅਸੀਂ ਮੁੰਡਾ ਕੁੜੀ ਹੀ ਸ਼ੀ ਨਹੀਂ ਕਹਿਣਾ ਤੁਸੀਂ ਆਪ ਦੱਸਣਾ ਕਿ ਤੁਸੀਂ ਕੀ ਕਹਾਉਣਾ ਚਾਹੁੰਦੇ ਹੋ ਸੋ ਉਹ ਕਹਿੰਦੇ ਕਿ ਇਸ ਤਰੀਕੇ ਨਾਲ ਜਿਹੜੀ ਡਾਈਵਰਸਿਫਿਕੇਸ਼ਨ ਸੀਗੀ ਉਹ ਘਟ ਕੀਤੀ ਜਾ ਰਹੀ ਹੈ ਤੇ ਬੱਚਿਆਂ ਨੂੰ ਜਾਂ ਜਿਹੜੇ ਐਡਲਟਸ ਆ ਉਹ ਡਾਈਵਰਸੀਫਿਕੇਸ਼ਨ ਦੇ ਨਾਲ ਹੈਪੀ ਰਹਿੰਦੇ ਆ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਐਜੂਕੇਸ਼ਨ ਸਿਸਟਮ ਆ ਇਹਦੀ ਵਜ੍ਹਾ ਕਰਕੇ ਜਿਹੜੀ ਕ੍ਰਿਟੀਕਲ ਥਿੰਕਿੰਗ ਸਕਿੱਲ ਆ ਜਾਂ ਜਿਹੜੀ ਨੌਲੇਜ ਆ ਉਹਦੇ ਤੋਂ ਬੱਚਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਦੇਖੋ ਜੀ ਜਿਵੇਂ ਤੁਸੀਂ ਗੱਲ ਕੀਤੀ ਇਹਦੇ ਵਿੱਚ ਪੜ੍ਹਾਈ-ਪੜ੍ਹਾਈ ਦਾ ਬੋਝ ਤਾਂ ਨਹੀਂ ਕੋਈ ਹੈਗਾ। ਨਹੀਂ ਬ੍ਰਾਦਰਸ ਪੜ੍ਹਾਈ ਦਾ ਕੋਈ ਬੋਝ